स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड दुआरे आना, इस पिंड नूं कोटकपुरा तहसील पैंदी है ते नेड़े भी इहदे जिहड़ा शहर है वह कोटकपुरा जिला फरीदकोट का पिंड, नाल ही इहदे पिंड टीमाली रह जांदा है। जिहड़े घर चों वीडियो बना रहे हैं दसो, इह घर टीमाली तो जदों दुआरे आणे नूं जाने जां दुआरे आणे तो टीमाली वाले पासे नूं जावांगे तो उस रोड के उत्ते बाहर खेतों के बाई जीर आपके घर जोड़े वह इतने पाए हुए हैं। तो जोड़े घर चो अज वीडियो बना रहे हैं इतने घर वास्ते रखी हुई गावं है, उन्होंने अज सामने गां जी बई ने विकाऊ की है। ये भी आम फार्मर वीर है, कोई इन्हों का व्यापार का काम नहीं करते, इन्हों पशु है नग जोड़े वह चारक स्क्रीन उत्ते देख ही ले है। जिहड़ी गां की वीडियो बनाउणी है दोस्तों तोर के भी थोनों दिखाऊंगा, बई होरी दसणगे भी दुध इन्हें किन्ना क दिता। एक जिहड़ा मैनू खास गल लगती है थन का सहज बहुत सोहना, दसो थणा दे विच बिथी देख सकते हो, सहज भी बहुत चंगा। दिन हजे दे पए आ, कच्ची गां की वीडियो बनाउण लगा क्योंकि आम घरेलू वीर बहुते कच्चा पशु वेच के खुश हुंदे आ, व्यापारी वीर जिहड़े उह कच्चा पशु खरीद के खुश रहिंदे आ। सो ये गां दसो थोनों तोर के भी दिखाउणी है, मैं इस साइड तो किरां हवाने ते नाड़ां भी तुसीं देख लिओ। सो जिहनूं पसंद आऊ तसली करना थोड़ा हक है, वह तुसीं आके कर सकदे हो। आओ वीर नाल गलबात करिए। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਨਾਮ ਦੱਸੋ ਜੀ ਆਪਣਾ। ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਠੀਕ ਹੈ ਚਰਨਜੀਤ ਬਾਈ, ਅੱਜ ਇੱਕ ਗਾਂ ਵੇਚਣੀ ਆ ਆਪਾਂ, ਘਰ ਦੇ ਪਸ਼ੂ ਆ ਜਾਂ ਵਪਾਰ ਦਾ ਕੰਮ ਕਰਦੇ? ਨਹੀਂ ਘਰ ਦਾ ਪ੍ਰੋਬਲਮ ਸਾਰੇ ਜੀ। ਠੀਕ ਹੈ। ਅੱਛਾ ਇਹ ਕਿੰਨਵਾਂ ਸੂਆ ਸੁਣਦੀ ਹੈ ਬਾਈ? ਇਹ ਜੀ ਤੀਜਾ ਸੂਆ ਮੇਰੇ ਘਰੇ ਸੂਰੇ ਜੀ, ਘਰ ਦੀ ਹੈ ਬੈਠ। ਠੀਕ ਹੈ, ਘਰ ਦੀ ਵਹਿੜ ਹੈ ਤੇ ਤੀਜਾ ਸੂਆ ਸੁਣਾ ਐਤਕੀ। ਅੱਛਾ ਦਿਨ ਕਿੰਨੇ ਲਈ ਜੂਗੀ ਬਾਈ, ਅੰਦਾਜ਼ਾ ਕਿੰਨੇ ਤਰੀਕ ਨੂੰ ਦਿਨ ਪੂਰੇ ਹੁੰਦੇ? ਤਕਰੀਬਨ 12 ਤਰੀਕ ਨੂੰ। 12 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ? ਠੀਕ ਹੈ, 9 ਮਹੀਨੇ 12 ਤਰੀਕ ਨੂੰ ਪੂਰੇ ਹੋਣਗੇ। ਠੀਕ ਹੈ ਬਾਈ, ਦੁੱਧ ਦਾ ਕੀ ਰਿਕਾਰਡ ਰਿਹਾ ਪਿਛਲੇ ਸਾਲ? ਸਾਰੇ ਦਾ ਪਿਛਲੀ ਵਾਰੀ ਨਾ 14-28 ਕਿਲੋ, 28 ਕਿਲੋ ਤੋਂ ਵੀ ਵੱਧ ਵੀ ਕੱਢਦੇ ਰਹੇ ਅਸੀਂ। ਠੀਕ ਹੈ, ਹੱਸ ਕੇ 28 ਕਿਲੋ ਦੁੱਧ ਦਿੱਤਾ ਇਹਨੇ। 14 ਕਿਲੋ ਇੱਕ ਡੰਗ ਦਾ ਦਿੰਦੀ ਰਹੀ? 14 ਕਿਲੋ ਡੰਗ ਦਾ, 28 ਕਿਲੋ ਦਿਹਾੜੀ ਦਾ। ਠੀਕ ਹੈ, ਅੱਛਾ ਇਹਦਾ ਰੇਟ ਕੀ ਰੱਖਾਂਗੇ ਬਾਈ? ਰੇਟ ਵੀਰੇ 85,000 ਰੁਪਇਆ ਜੀ। 85,000 ਤੋਰ ਕੇ ਨੂੰ ਬਾਈ? ਤੋਰ ਕੇ ਦੱਸੋ 28 ਕਿਲੋ ਦੁੱਧ ਬਾਈ, ਜਦੋਂ ਮੈਂ ਘਰੇ ਪਹੁੰਚਿਆ ਉਦੋਂ ਵੀਰ ਨੇ ਦੱਸਿਆ ਵੀ ਇਹਦਾ ਚੋਇਆ ਇਸ ਗਾਂ ਦਾ ਚੰਗੇ ਥਾਣ ਹੈ, ਹਵਾਨਾ ਬੜਾ ਬਰੀਕ ਚਮੜੀ ਦਾ, ਬਰੀਕ ਮਾਸ ਦਾ। ਹਜੇ ਦਿਨ 12 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ, ਉੱਤੇ ਦਿਨ ਲਊਗੀ ਕਿਉਂਕਿ ਹਜੇ ਕੋਈ ਕਿਤੋਂ ਢਿੱਲੀ ਗਾਂ ਨਹੀਂ ਪਈ। ਲਿਆਓ ਬਾਈ ਲਿਆਓ ਮੂਲ। ਸੋ ਹਵਾਨੇ ਤੇ ਨਾੜਾਂ ਦੋਸਤੋ ਇਸ ਸਾਈਡ ਤੇ ਬਹਿਣੀ ਵਾਲੇ ਪਾਸੇ ਵੀ ਦਿਸਣਗੀਆਂ, ਚੰਗੀਆਂ ਦਿਸਦੀਆਂ। ਤੀਜਾ ਸੂਆ ਗਾਂ, ਤੀਜਾ ਸੂਆ ਵਹਿੜ ਹੈ, ਬੰਨ ਲਓ ਵੀਰੇ। ਤੁਹਾਨੂੰ ਹਵਾਨਾ ਜਿਹੜਾ ਉਹ ਮੈਂ ਦਿਖਾਊਂਗਾ, ਨੇੜੇ ਤੋਂ ਮਾਸ ਵੀ ਦਿਖਾਊਂਗਾ। ਵੈਸੇ ਠੰਡੀ ਸੀਲ ਹੈ, ਹੱਥੀਂ ਚਵਾਈ ਵਾਲੀ ਗਾਂ ਬਹੁਤ ਚੰਗੀ ਦਿਸਦੀ ਹੈ। ਥਣ ਜਿਹੜੇ ਆ ਮੈਂ ਪਹਿਲਾਂ ਵੀ ਦੱਸੇ ਸੀ ਵੀ ਇਹਦੇ ਬਹੁਤ ਸੋਹਣੇ ਆ, ਪਿਛਲੇ ਥਣ ਵੀ ਚੰਗੇ ਦਿਖਾਉਂਦੇ ਆ, ਅਗਲੇ ਥਣ ਵੀ ਸੋਹਣੇ ਆ ਬਈ। ਇਹ ਸੀਲ ਸ਼ਰੀਫ ਹੈ ਸੁਭਾਅ ਦੀ, ਠੰਡੀ ਸੀਲ ਲਵਾ ਲੈਂਦੀ ਸਾਨੂੰ ਤੁਹਾਨੂੰ ਹੱਥ? ਠੀਕ ਹੈ, ਸੋ ਦੱਸੋ ਠੰਡੀ ਸੀਲ। ਵੈਸੇ ਇਹ ਫੁੱਲ ਹੈ, ਕੋਈ ਦਿੱਕਤ ਨਹੀਂ ਹੈ, ਬਾਕੀ ਤੁਸੀਂ ਦੇਖੋਗੇ ਇਹ। ਠੀਕ ਹੈ ਬਾਈ, ਓਕੇ। ਸੋ ਹਵਾਨੇ ਤੇ ਨਾੜਾਂ ਦੀ ਮੈਂ ਗੱਲ ਕੀਤੀ, ਹਾਲਾਂਕਿ ਅਜੇ ਹਵਾਨਾ ਇਹਨੇ ਭਰਨਾ ਹੈਗਾ ਆਣੇ, ਪਰ ਥਾਣ ਸੋਹਣੇ ਆ, ਨਾੜਾਂ ਦੱਸ ਦਿੰਦੇ ਵੀ ਹਵਾਨਾ ਚੰਗਾ ਕੱਢੂਗੀ। ਸੋ ਜਿਹਨੂੰ ਪਸੰਦ ਆਵੇ ਤਸੱਲੀ ਆ ਕੇ ਕਰਨੀ ਹੈ ਤੁਸੀਂ ਇਸ ਸਾਈਡ ਤੋਂ। ਜੇ ਮੈਂ ਹਵਾਨੇ ਦੇ ਵਿੱਚ ਢਿੱਲ ਦਿਖਾਵਾਂ ਤਾਂ ਉਹ ਵੀ ਤੁਸੀਂ ਦੇਖੋਗੇ ਅਜੇ ਬਹੁਤ ਸਪੇਸ ਪਈ ਹੈ। ਵੈਸੇ ਆਮ ਜੇ ਕੋਈ ਵੀਰ ਫਾਰਮਰ ਵੀਰ ਵੀਡੀਓ ਦੇਖ ਰਿਹਾ ਤਾਂ ਵੀਡੀਓ ਬਣਾਉਣੀ ਚਾਹੁੰਦਾ ਜੇ ਬੇਸ਼ੱਕ ਮੇਰੇ ਤੋਂ ਜਾਂ ਕਿਸੇ ਹੋਰ ਯੂਟਿਊਬ ਵਾਲੇ ਵੀਰ ਤੋਂ, ਤਾਂ ਇੱਕ ਬੇਨਤੀ ਹੈ ਵੀ ਜਦੋਂ ਪਸ਼ੂ ਪੂਰਾ ਤਿਆਰ ਹੋਵੇ ਉਦੋਂ ਬੁਲਾਇਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਉਹ ਸਹੀ ਕੀਮਤ ਆਪਦੇ ਪਸ਼ੂ ਦੀ ਮਿਲ ਸਕੇ। ਪਰ ਇਹਦਾ ਹਵਾਨਾ ਗਾਂ ਦਾ ਜ਼ਰੂਰ ਧਿਆਨ 'ਚ ਲਿਆ ਦੇਣਾ ਦੋਸਤੋ। ਕੱਟ ਹਵਾਨੇ ਦੇ ਵਿੱਚ ਹੁਣੇ ਦਿਸਣਾ ਸ਼ੁਰੂ ਹੋ ਗਿਆ, ਥਣ ਇਕੱਲਾ ਇਕੱਲਾ ਦੇਖ ਸਕਦੇ ਹੋ। ਅੱਜ ਇਹਦਾ ਰੇਟ 85,000 ਹੈ। ਸੋ ਜਿਹਨੂੰ ਪਸੰਦ ਆਵੇ ਤਾਂ ਸਿੱਧੀ ਫਾਰਮਰ ਦੇ ਘਰੋਂ ਤੁਸੀਂ ਇਹ ਗਾਂ ਖਰੀਦ ਸਕਦੇ ਹੋ। ਮਿਹਰਬਾਨੀ।